ਉਹ ਵਿੱਚ ਨਨਕਾਣੇ ਦੇ ਆਇਆ ਭੈਣੇ ਨਾਨਕੀ ਦਾ ਵੀਰ, ਵਿੱਚ ਨਨਕਾਣੇ ਦੇ ਆਇਆ ਭੈਣੇ ਨਾਨਕੀ ਦਾ ਵੀਰ, ਇੱਕ ਪਾਸੇ ਬਾਲਾ ਦੂਜੇ ਪਾਸੇ ਮਰਦਾਨਾ ਏ, ਵੈਦੀਆਂ ਦੇ ਪੁੱਤ ਦਾ ਮਰਾ ਸਿਨਾ ਜਰਾਨਾ ਏ, ਮਰਦਾਨਾ ਜਦੋਂ ਵਜਾਵੇ ਰਭਾਬ ਸਤਿਗੁਰ ਹੋ ਜਾਂਦੇ ਨੇ ਹਾਲ, ਵਿੱਚ ਨਨਕਾਣੇ ਦੇ ਆਇਆ ਭੈਣੇ ਨਾਨਕੀ ਦਾ ਵੀਰ, ਵਿੱਚ ਨਨਕਾਣੇ ਆਇਆ ਭੈਣੇ ਨਾਨਕੀ ਦਾ ਵੀਰ, ਰਿਮਸਿਮ ਬਰਸੇ ਅੰਮ੍ਰਿਤ ਧਾਰ ਲਿਆ ਗੁਰੂ ਨਾਨਕ ਨੇ ਅਵਤਾਰ, ਵਿੱਚ ਨਨਕਾਣੇ ਦੇ ਆਇਆ ਭੈਣੇ ਨਾਨਕੀ ਦਾ ਵੀਰ, ਵਿੱਚ ਨਨਕਾਣੇ ਦੇ ਆਇਆ ਭੈਣੇ ਨਾਨਕੀ ਦਾ ਵੀਰ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਿੱਖਾਂ ਦੇ ਪਹਿਲੇ ਗੁਰੂ, ਜਿਨ੍ਹਾਂ ਦੇ ਨਾਲ ਆਪਣੇ ਬਾਬਾ ਮਰਦਾਨਾ ਜੀ, ਜਿਨ੍ਹਾਂ ਨੇ ਬਹੁਤ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ ਬਚਪਨ ਤੋਂ ਲੈ ਕੇ, ਧੰਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਨਾਲ ਰਹੇ, ਉਹਨਾਂ ਨੇ ਰਬਾਬ ਵਜਾ ਕੇ ਅਤੇ ਕੀਰਤਨ ਚਾਲੂ ਕਰਨਾ, ਅਤੇ ਸਤਿਗੁਰਾਂ ਨੇ ਆਖਣਾ ਧੰਨ ਭਾਈ ਮਰਦਾਨਾ ਜੀ ਰਬਾਬ ਵਜਾਓ ਅਤੇ ਕੀਰਤਨ ਚਾਲੂ ਕਰੀਏ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਦੇ ਨਾਲ ਬਹੁਤ ਸਮਾਂ ਗੁਜ਼ਾਰਿਆ, ਅਤੇ ਬਾਬਾ ਮਰਦਾਨਾ ਜੀ ਨੇ ਵੀ ਬਹੁਤ ਸਮਾਂ ਗੁਜ਼ਾਰਿਆ, ਜਿੱਥੇ ਵੀ ਦੁੱਖ ਤਕਲੀਫ ਦੇ ਨਾਲ ਭਾਈ ਮਰਦਾਨਾ ਜੀ ਰਹੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਪਿੰਡ ਕਾਲੇ ਕੇ ਬਾਬਾ ਮਰਦਾਨਾ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮੀਰਜ਼ਾਦੇ ਮਨਾ ਰਹੇ ਨੇ, ਇਹ ਸ਼ੁਰੂ ਤੋਂ ਹੀ ਮਨਾ ਰਹੇ ਨੇ। ਇਹਨਾਂ ਦੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਮੀਰਜ਼ਾਦਿਆਂ ਦਾ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਚੱਲ ਰਹੇ ਨੇ, ਇਹਨਾਂ ਦੀ ਬਹੁਤ ਬਹੁਤ ਧੰਨਵਾਦ। ਇਹ ਮੀਰਜ਼ਾਦੇ ਨੇ, ਇਹ ਵੀ ਆਹ ਵੇਖੋ ਸਿੱਖ, ਗੁਰੂ ਦੇ ਸਿੱਖ, ਬਾਬੇ ਨਾਨਕ ਦੇ ਸਿੱਖ ਬਣੇ ਹੋਏ ਨੇ। ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿਹੜਾ ਭਾਈ ਮਰਦਾਨਾ ਜੀ ਰਹਿੰਦੇ ਸੀ ਸਦਾ ਹੀ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਨੇ। ਜਲ ਪਾਣੀ ਦੇ ਲੰਗਰ ਲਾਏ ਨੇ, ਬਦਾਨਿਆਂ ਦੇ ਲੰਗਰ ਲਾਏ ਨੇ, ਦੁੱਧਾਂ ਦੇ ਲੰਗਰ ਲਾਏ ਨੇ ਇਹਨਾਂ ਨੇ। ਇਹ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਦੇ ਨਾਲ ਨਗਰ ਕਾਲੇ ਕੇ ਵਾਲੇ ਸਾਰੇ ਹੀ ਮਿਲ ਜੁਲ ਕੇ ਮਨਾ ਰਹੇ ਨੇ। ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਜੀ ਜੋਮਨ ਲਾਲ ਸਿੰਘ ਜੀ। ਇਹ ਜੀ ਬਾਬਾ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦਾ ਨਾਂ ਰਿਹਾ ਸੀ ਜੀ, ਅਤੇ ਇਹ ਤਾਂ ਕਈ ਜੀ ਵੀ ਕਈ ਦੇ ਕੰਢ ਵਾਲੇ ਤੁਰੇ ਫਿਰਦੇ ਆ, ਬਾਬੇ ਨਾਨਕ ਦੇ ਨਾਲ ਮਰਦਾਨਾ ਜੀ ਰਿਹਾ, ਉਹਨਾਂ ਦੀਆਂ ਗੁਰਬਾਣੀਆਂ ਸੁਣੀਆਂ, ਅਸੀਂ ਸਿੱਧੇ ਰਾਹ ਪਏ ਜੀ, ਅਸੀਂ ਤਾਂ ਪਹਿਲਾਂ ਪੁੱਠੇ ਰਾਹ ਸੀ, ਹੁਣ ਬਾਬੇ ਨਾਨਕ ਨਾਲ ਮਰਦਾਨਾ ਜੁੜਿਆ ਵਾ, ਅਤੇ ਹੁਣ ਮੈਂ ਸਿੱਖੀ ਰੱਖੀ ਆ, ਅਤੇ ਮਹਾਰਾਜ ਇਹਦੇ ਨਾਲ ਇੱਜ਼ਤ ਪਾਣੀ ਆਪਣੀ ਬਣੀ। ਕਿੰਨਾ ਟਾਈਮ ਹੋ ਗਿਆ ਰੱਖਿਆ? ਆਪਾਂ ਨੂੰ ਹੋ ਗਿਆ ਜੀ ਸਾਲ ਖੰਡ ਹੋਈ ਚੱਲਿਆ, ਮੈਂ ਇਕੱਲਾ ਹੀ ਸਰਤਾਰ, ਬਾਕੀ ਕਣੀਵਾਲਾ ਹੀ ਆ ਹੁਣ, ਬਾਕੀ ਆਹ ਜਿਹੜੇ ਲਿਆ ਵਧੀਆ ਲੱਗਦਾ ਕਿ ਉਵੇਂ ਦਾ ਵਧੀਆ ਲੱਗਦਾ? ਨਹੀਂ ਇੱਦਾਂ ਵਧੀਆ ਲੱਗਦਾ ਮਹਾਰਾਜ, ਇਤਨਾ ਸਹੀ ਹੈ ਜੀ, ਸਰਦਾਰੀ। ਹਾਂਜੀ ਇਤਨਾ ਸਰਦਾਰੀ, ਇਤਨਾ ਚੜ੍ਹਦੀ ਕਲਾ ਕਲਾ, ਬਾਬੇ ਨਾਨਕ ਦੀ ਪੂਰੀ ਕਿਰਪਾ ਵਾ ਜੀ।